ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਫੇਰ ਆਪਾਂ ਬਣਾਉਣ ਪਹੁੰਚੇ ਆ ਬਾਈ ਇਫਤੂ ਖਾਨ ਕੋਲੇ ਪਹੁੰਚੇ ਆ। ਸੱਜਣੋ, ਪਿੰਡ ਹੈ ਬਾਦਸ਼ਾਹਪੁਰ ਮੰਡਿਆਲਾ ਤਹਿਸੀਲ ਤੇ ਜ਼ਿਲ੍ਹਾ ਰਹਿ ਜਾਣਾ ਸੱਜਣਾਂ ਨੂੰ ਜੇ ਗੱਲ ਕਰ ਲਈਏ ਮਰੇਲਕੋਟਲਾ। ਜਾਨਵਰ ਦੋ ਦਿਖਾਵਾਂਗੇ, ਇੱਕ ਤਾਂ ਦਿਖਾਵਾਂਗੇ ਸੂਈ ਸਮਾਰੀ ਬੱਛੀ ABS ਦੇ ਚੰਗੇ ਸੀਮਨ ਦੀ ਆ, ਤੇ ਨਾਲ ਵੀ ਇਹਦੇ ਸੱਜਣੋ ਹੈਗੀ ਆ ਬੱਛੀ, ਇਹ ਵੀ ABS ਦੇ ਪਤਾ ਨਹੀਂ ਕਿਹੜੇ ਦੇ ਚੰਗੇ ਸੀਮਨ ਦੀ ਆ, ਡਿਟੇਲ ਬਾਈ ਨੂੰ ਪੁੱਛੂੰਗਾ। ਤੇ ਇੱਕ ਹੈਗੀ ਆ ਆਹ ਬਲੈਕ ਸੂਈ ਸਮਾਰੀ, ਇਹ ਵੀ ਤਾਜ਼ੀ ਸੂਈ ਆ, ਤੇ ਡਿਟੇਲ ਦੋਹਾਂ ਦੀ ਬਾਈ ਨੂੰ ਪੁੱਛਾਂਗੇ, ਤੇ ਰੇਟ ਵੀ ਸੱਜਣੋ ਬਾਈ ਨੂੰ ਪੁੱਛਾਂਗੇ। ਤੇ ਮੇਨ ਗੱਲ ਆ ਜਿਹੜੀ, ਕਿਸੇ ਨੂੰ ਗੱਲ ਹੋਰ ਦੱਸ ਦੇਣਾ, ਅੱਜ ਆਫਰ ਹੈ ਇੱਕ, ਜਿਹੜੀ ਆਹ ਬੱਛੀ ਆ ਨਾ ਬਲੈਕ, ਇਹਨੇ ਦੇਤਾ ਦੀ ਮੇਲ ਕਾਫ, ਪਰ ਆਪਾਂ ਨੂੰ ਉਮੀਦ ਸੀ ਵੀ ਇਹ ਦੇਊਗੀ ਸੱਜਣੋ ਬੱਛੀ। ਇਹਦੇ ਨਾਲ ਆਪਾਂ ਹੁਣ ਤੁਹਾਨੂੰ ਨਾ ਇੱਕ ਭਲੀ ਪਲਾਈ ਬੱਛੀ ਦੇਵਾਂਗੇ, ਨਾਲ ਇਹਦੇ ਗਿਫਟ ਦੇਵਾਂਗੇ, ਤੁਸੀਂ ਐਂ ਮੰਨ ਲਓ ਫਰੀ ਆਫ ਕੋਸਟ ਭਲੀ ਪਲਾਈ ਬੱਛੀ ਦੁੱਧ ਨਾਲ ਹੀ ਆ 2-3 ਮਹੀਨਿਆਂ ਚ। ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ, ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ। ਆਜੋ ਖਾਨ ਸਾਹਿਬ, ਹੋਰ ਠੀਕ ਠਾਕ? ਹਾਂ ਬਾਈ, ਠੀਕ ਠਾਕ, ਵਧੀਆ ਵਧੀਆ। ਇੱਥੋਂ ਕਰ ਲਈਏ ਸ਼ੁਰੂ? ਹਾਂਜੀ ਹਾਂਜੀ, ਖੋਲ ਕੇ ਤੋਰ ਦੋ, ਨਾਲ ਨਾਲ ਇਹਦੀ ਦੱਸ ਦਿਓ ਡਿਟੇਲ। ਠੀਕ ਹੈ ਬਾਈ ਜੀ। ਆ ਸੂਆ ਕਿਹੜਾ ਇਹਦਾ? ਇਹ ਸੂਆ ਵੀਰੇ ਬਲੂਣੀ ਸੂਈ ਆ ਪਹਿਲੀ। ਥੋੜਾ ਜਿਹਾ ਉੱਚੀ ਬੋਲ, ਰੋਟੀ ਰੁਟੀ ਨਹੀਂ ਖਾਧੀ? ਖਾਧੀ ਆ ਬਾਈ, ਖਾਧੀ ਹੋਈ ਆ। ਤੇ ਪਹਿਲਣ ਸੂਈ ਆ ਬਾਈ ਇਹ? ਦੰਦਾਂ ਚ ਕਿਵੇਂ ਆ? ਦੰਦਾਂ ਚ ਦੋ ਹੀ ਮੰਨੋ, ਚਾਰ ਦੇ ਚੱਕਦੀ ਆ। ਹਾਂ, ਚੌਕ ਦੇ ਦੰਦ ਚੱਕਦੀ ਆ, ਤੇ ਦੋ ਦੰਦ ਬਰਾਬਰ ਨੇ, ਹਨਾ? ਹਾਂਜੀ ਹਾਂ। ਸੂਆ ਪਹਿਲਾ, ਪਰ ਪਹਿਲਣ ਦੇ ਹਿਸਾਬ ਨਾਲ ਸੱਜਣੋ ਜਿਹਦੀ ਗੱਲਬਾਤ ਕਰ ਲਈਏ ਨਾ, ਇਹਦੇ ਪ੍ਰਿੰਟ ਪ੍ਰੁੰਟ ਦੀ ਗੱਲਬਾਤ ਕਰ ਲਈਏ, ਤੇ ਬਾਕੀ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਾਨਵਰ ਥੱਲਿਓਂ ਕਾਇਮ ਹੋਵੇ, ਹਨਾ? ਥੱਲੇ ਦਾ ਮਜ਼ਬੂਤ ਹੋਵੇ ਜਾਨਵਰ, ਜੇ ਗੱਲ ਕਰ ਲਈਏ ਥੱਲਿਓਂ ਪੂਰੀ ਮਜ਼ਬੂਤ ਆ, ਜੇ ਗੱਲ ਕਰ ਲਈਏ ਲੇਵਾ ਲੂਵਾ ਸਟਿਚ ਆਡਰਾ, ਤੇ ਥਣ ਥਨੌਟ ਵੀ ਸੱਜਣੋ ਐਂ ਲੱਗਿਆ ਪੂਰਾ ਐਨ ਟੌਪ ਕੁਆਲਿਟੀ ਦਾ ਵੀ ਜਿਹੜਾ ਕਹਿੰਦੇ ਹੁੰਦੇ ਆ। ਖਾਨ, ਆਪ ਕਿਹੜੇ ਸੀਮਨ ਦੀ ਆ? ਇਹ ਵੀਰੇ ਆਪ ਹੈਗੀ ਆ ਜੁਪੀਟਰ ਦੇ, ABS ਦੇ। ABS ਦੇ ਜੁਪੀਟਰ ਦੀ ਆ? ਹਾਂ, ਜੁਪੀਟਰ ਦੀ ਆ, ਨਾਲ ਬੱਛੀ ਚੰਗੇ ਸੀਮਨ ਦੀ ਆ, ਹੈਗੀ ਆ ਚੈਂਪੀਅਨ ਦੀ ABS ਦੇ। ਇਹ ਹੈਗੀ ਆ ਬੱਛੀ ਆ ਉਹ ਜਿਹੜੀ ਨਾਲ ਤਾਰ ਸੇ ਤੇ ਵੀ ਮਾਰਦੇ ਹੋਏ, ਇਹ ਹੈਗੀ ਆ ABS ਦੇ ਚੈਂਪੀਅਨ ਦੀ। ਹਾਂਜੀ, ਉਹ ਬੱਛੀ ਵੀ ਪੂਰੀ ਤੇਜ਼ ਆ ਖਾਨ, ਹਨਾ? ਹਾਂ, ਪੂਰੀ ਪੂਰੀ ਕੈਮ ਆ ਬਾਈ, ਬੱਛੀ ਵੀ ਪੂਰੀ ਕੈਮ ਆ, ਇਹੀ ਗੱਲ ਨਹੀਂ ਲੈ। ਇਧਰੋਂ ਤਾਰ ਸਭ ਫੇਸ ਕੁਆਲਿਟੀ ਦਿਖਾ ਦੇ ਇਹਦੀ, ਫੇਸ ਕੁਆਲਿਟੀ ਵੀ ਦਿਖਾ ਦੇ, ਤੇ ਮਦਰ ਦੀ ਬਿਲਕੁਲ ਕਾਪੀ ਆ ਜੀ ਗੱਲ। ਹਾਂ, ਸੇਮ 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 ਪ੍ਰਿੰਟ ਬਣਾ, ਬਹੁਤ ਚੰਗਾ। ਆ ਗਈ ਜੁਪੀਟਰ ਦੀ, ਇਹ ਕਿਹੜੀ ਦੱਸਿਆ ਬੱਛੀ? ਚੈਂਪੀਅਨ ਦੀ ABS ਦੀ ਬੱਛੀ, ABS ਦੇ ਚੈਂਪੀਅਨ ਦੀ ਆ। ਤੇ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਣਾ, ਜਿਹੜੇ ਡਾਕਟਰ ਨੇ ਆਹ ਬੱਛੀ ਦੇ ਮਦਰ ਦੇ ਟੀਕਾ ਭਰਿਆ ਸੀ ਜਦੋਂ ਇਹਦਾ ਜਨਮ ਹੋਇਆ, ਉਹ ਡਾਕਟਰ ਨਾਲ ਵੀ ਕਰਾ ਦਾਂਗੇ ਗੱਲਬਾਤ, ਤੇ ਆਹ ਬੱਛੀ ਦਾ ਸੀਮਨ ਵੀ ਉਸੇ ਡਾਕਟਰ ਨੇ ਲਾਇਆ। ਹਾਂਜੀ ਹਾਂਜੀ, ਇਹ ਵੀ ਗਾਹਾਂ ਉਹਨਾਂ ਨੇ ਲਾਇਆ। ਹਾਂ, ਗੱਲਬਾਤ ਸਾਰੀ ਕਰਾ ਦਾਂਗੇ, ਤੇ ਮੂੰਹੋਂ ਹੈਗੀ ਆ ਦੋ ਦੰਦ, ਚੌਕ ਦੇ ਦੰਦ ਹਲੇ ਚੱਕਦੀ ਆ, ਚੌਕ ਦੇ ਚੱਕਦੀ ਆ। ਹਾਂ, ਤੇ ਮੇਨ ਗੱਲ ਆ ਜਿਹੜੀ, ਕੱਦ ਵਿੱਢ ਵੀ ਚੰਗਾ ਤੇ ਪ੍ਰਿੰਟ ਵੀ ਚੰਗਾ, ਹਨਾ? ਪ੍ਰਿੰਟ ਬਹੁਤ ਚੰਗਾ ਬਾਈ ਬੱਛੀ ਦਾ। ਹਾਂ, ਦੁੱਧ ਕਿੰਨਾ ਕੁ ਪਾ ਦੂਗੀ ਇਹ? ਦੁੱਧ ਬਾਈ ਉਮੀਦ ਆ ਗਰਮੀ ਦੇ ਹਿਸਾਬ ਨਾਲ, ਨਹੀਂ ਤਾਂ ਚੱਲਦੀ ਇਹ 20 ਤੋਂ ਬਾਹਰ, 20 ਦਾ ਕਿਤੇ 20 ਵਾਲਾ ਤਾਂ ਰੌਲਾ ਹੀ ਨਹੀਂ ਹੈਗਾ ਕੋਈ। ਹਾਂ, 20 ਤਾਂ ਸਮਝ ਲਓ ਵੀ ਭੋਲੇ ਹੱਥ ਨਾਲੇ ਪਾ ਦੂਗੀ, ਹਨਾ? ਹਾਂਜੀ ਹਾਂ। ਹਾਂ, ਜਿਹੜੇ ਹਿਸਾਬ ਨਾਲ ਇਹਦੇ ਆਡਰ ਉਡਰ ਦੀ ਬਣਾਵਟ ਆ, ਹਨਾ? ਆਡਰ ਉਡਰ ਵੀ ਸਟਿਚ ਆ, ਤੇ ਹੈਗਾ ਵੀ ਪੂਰਾ ਡਬਲ ਆ, ਅਗਲੇ ਬੰਨੇ ਵੀ ਫੁੱਲ ਆਡਰ ਇਹਦਾ, ਤੇ ਗੱਲ ਕਰ ਲਈਏ ਸੱਜਣੋ ਪਿਛਾਂ ਵਾਲੇ ਬੰਨੇ ਅਜੇ ਤਾਂ ਬਾਈ ਇਹਦੀ ਸਪੇਸ ਬਹੁਤ ਪਈ ਆ, ਇਹਨੇ ਖਾ ਪੀ ਖੇਡ ਤਾਂ ਬਣਨਾ ਬੱਛੀ ਆ, ਢਿੱਲਾਈਆਂ ਕਰੂਗੀ ਬਰਾਬਰ ਜਿਵੇਂ ਵਪਾਰ, ਸਭ ਕੱਢ ਜਾਣੀਆਂ ਨੇ। ਹਾਂ, ਤੇ ਐਨ ਬਣਾਓ ਪੂਰਾ ਸਟਿਚ ਲੈ, ਪੂਰਾ ਪੂਰਾ ਬਾਈ, ਬਾਕੀ ਸੀਲ ਠੰਡੀ ਪੂਰੀ ਆ, ਤੇ ਥਣ ਲੇਵਾ ਦੇਖੋ, ਥਣ ਬੜਾ ਸੋਹਣਾ ਲੱਗਿਆ ਇਹਦੇ, ਪੂਰਾ ਮੁੱਠੀ ਚਵਾਈ ਵਾਲਾ ਥਣ ਆਗਾ, ਜਿਵੇਂ ਮਰਜ਼ੀ ਲੈ, ਕੋਈ ਚੱਕਰ ਨਹੀਂ। ਪੈਸੇ ਕਿੰਨੇ ਲਵਾਂਗੇ ਇਹਦੇ? ਪੈਸੇ ਬਾਈ ਇਹਦੇ ਤੁਸੀਂ ਐ ਲਾ ਲਓ 75,000 ਮੁੱਲ ਕਰਦੇ ਆਪਾਂ, ਫਿਕਸ ਜਾਈ ਰੇਟ ਹੈਗਾ 73,000 ਰੁਪਇਆ, 73 ਦੀ ਆਪਾਂ ਇਹ 73 ਦੀ ਦੇ ਦਾਂਗੇ। ਹਾਂਜੀ ਹਾਂ, 73,000 ਦੀ ਤੁਹਾਨੂੰ ਮਿਲ ਜੂਗੀ, ਤੇ ਆਰਡਰ ਉਡਰ ਦੀ 6,000 ਦੀ ਬਾ ਕਮਾਲ ਹੈ ਜੇ ਗੱਲ ਕਰ ਲਈਏ। ਮੇਨ ਗੱਲ ਇੱਕ ਹੋਰ ਦੱਸ ਦੇਣਾ, ਇੱਕ ਨਾਲ ਇੱਕ ਚੰਗੇ ਸੀਮਨ ਦਾ ਨਗੀਨਾ ਯਾਰ ਫ੍ਰੀ ਵੀ ਆ, ਆਹ ਆਈਟਮ ਵੀ ਆ ਨਾਲ ਵੀ ਇਹਦੇ ਬੱਛੀ ਆ ਜੇ ਗੱਲ ਕਰ ਲਈਏ, ਕਿਉਂਕਿ ਕਿਸੇ ਫਾਰਮ ਤੋਂ ਚੰਗੀ ਬੱਛੀ ਲੈਣ ਜਾਂਦੇ ਯਾਰ, ਘੱਟ ਤੋਂ ਘੱਟ 5-6 ਮਹੀਨਿਆਂ ਦੀ ਬੱਛੀ ਵੀ ਆਪਾਂ ਨੂੰ 10-20,000 ਦੀ ਕੋਸਟ ਮਿਲਦੀ ਹੈ ਬਾਈ, ਮਿਲਦੀ ਹੈ ਬਿਲਕੁਲ। ਇਹ ਬੱਛੀ ਤੁਹਾਨੂੰ ਮਿਲੂਗੀ 73,000 ਦੀ, ਤੇ ਹੁਣ ਇਹ ਤੇ ਮਾਰ ਦੇ ਤਰਸ ਕੈਮਰਾ, ਇਹ ਵੀ ਤੋਰ ਦੋ ਜੀ ਖੋਲ ਕੇ। ਹਾਂਜੀ, ਇਹਦਾ ਕਿਹੜਾ ਸੂਆ ਬਾਈ? ਇਹਦਾ ਬਾਈ ਦੂਜਾ ਸੂਆ, 6 ਦੰਦ ਦਾ,
ਮੂੰਹੋਂ 6 ਦੰਦ ਹਾਂਜੀ ਹਾਂਜੀ ਆ ਜਾਨਵਰ ਦੋਹੇ ਦੰਦਾਂ ਚ ਨੇ ਇਹ ਗੱਲ ਕਰਦੇ ਹਾਂ ਇਹਦੇ ਮਗਰ ਮੇਲਕਾਫਾ ਇਹਦੇ ਮਗਰ ਮੇਲਕਾਫਾ ਬਾਈ ਇਹਦੇ ਮਗਰ ਆ ਗਿਆ ਮੇਲਕਾਫਾ ਪਰ ਇਹਦੇ ਨਾਲ ਵੀ ਤੁਹਾਨੂੰ ਇੱਕ ਬੱਚੀ ਦਿਖਾਉਂਗਾ ਮੈਂ ਬੱਚੀ ਦਵਾ ਦਾਂਗੇ ਤੁਹਾਨੂੰ ਫ੍ਰੀ ਇਹੀ ਜੀ ਗੱਲ ਨਹੀਂ ਐਚ ਐਫ ਆ ਕ੍ਰੋਸ ਚ ਤੇ ਉਹ ਵੀ ਚੰਗੀ ਆ ਯਾਰ ਮਹੀਨੇ ਦੋ ਮਹੀਨੇ ਚ ਰੈਡੀ ਹੋਣ ਵਾਲੀ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਹੋ ਗਏ 48 ਘੰਟੇ ਲਾ ਲਓ 48 ਘੰਟੇ ਦੋ ਦਿਨ ਹੋ ਗਏ 48 ਘੰਟੇ ਦੋ ਦਿਨ ਹੋ ਗਏ ਬਸ ਆ ਬੋਲੀ ਕਿੰਨੀ ਕੁ ਰੈਡੀ ਆ ਹੁਣ ਇਹ ਥੱਲੇ ਬੋਲੀ ਹੈਗੀ ਆ ਬਾਈ 12-13 ਕਿਲੋ ਹਜੇ ਤੇਰਾਂ ਕੁ ਕਿਲੋ ਦੇ ਗੇੜ ਬਾਈ ਕਹਿੰਦਾ ਬੋਲੀ ਇਹਦੇ ਥੱਲੇ ਆਰਡਰ ਜਾ ਰਹੀਦਾ ਵੀ ਸਟਿੱਚਾਂ ਦੀ ਗੱਲ ਕਰ ਲਈਏ ਹਾਂਜੀ ਤੇ ਮੇਨ ਗੱਲ ਯਾਰ ਇਹ ਬਾਡੀ ਵਾਲੀ ਆ ਗਈ ਹੈ ਨਾ ਪੂਰੀ ਬਾਈ ਇਹ ਆ ਗਈ ਇਹ ਜਰਸੀ ਨਾਲ ਕ੍ਰੋਸ ਆ ਗਿਆ ਹਨਾ ਥੋੜਾ ਜਿਹਾ ਇਹ ਜਰਸੀ ਨਾਲ ਕ੍ਰੋਸ ਸੱਜਣੋ ਜਰਸੀ ਦਾ ਕ੍ਰੋਸ ਤੇ ਮੇਨ ਗੱਲ ਆਰਡਰ ਉਡਰ ਵੀ ਚੰਗਾ ਲੇਵਾ ਚੰਗਾ ਤੇ ਬਾਕੀ ਤੋਰਾ ਤੂਰਾ ਵੀ ਯਾਰ ਇਹਦਾ ਭਲਵਾਨ ਨਾਲ ਹੈ ਕਿਉਂਕਿ ਹਲੇ ਇਹ ਜਿਵੇਂ ਤੁਹਾਨੂੰ ਦੱਸਿਆ ਬਾਈ ਨੇ ਵੀ ਖਾ ਪੀ ਕੇ ਜਾਨਵਰ ਰੈਡੀ ਹੁੰਦਾ ਤੇ ਅੱਗੇ ਜਿਵੇਂ ਜਿਵੇਂ ਹੁਣ ਇਹ ਭਲਾ ਭੁਲਾ ਚੋਂ ਬਾਹਰ ਆਊਗੀ ਉਵੇਂ ਉਵੇਂ ਆਰਡਰ ਤਿਆਰ ਕਰੂਗੀ ਤੇ ਦੁੱਧ ਵੀ ਤਿਆਰ ਕਰੂਗੀ ਚੰਗਾ ਆ ਬਾਈ ਜਿਉਂ ਜਿਉਂ ਚਵਾਈਆਂ ਲੱਗੀ ਜਾਣਗੀਆਂ ਇਹਨੇ ਨਿਖਰ ਦੀ ਜਾਣਾਗਾ ਹਾਂ ਉਰਲੇ ਬੰਨੇ ਦਿਖਾ ਦੇ ਤਰਸ ਕੋਈ ਇਧਰਲੇ ਬੰਨੇ ਲਿਆ ਤੇ ਮੇਨ ਗੱਲ ਆ ਜਾਨਵਰ ਇਹ ਵੀ ਠੰਡਾ ਇਹੀ ਜੀ ਗੱਲ ਨਹੀਂ ਤੇ ਥਣ ਥਨੌਟ ਵੀ ਯਾਰ ਇਹਨੂੰ ਚੰਗਾ ਲੱਗਿਆ ਨਾ ਹਾਂਜੀ ਥਣ ਥਨੌਟ ਵੀ ਚੰਗਾ ਲੱਗਿਆ ਤੇ ਚਵਾਈ ਵੀ ਇਹਦੀ ਚੰਗੀ ਇਹੀ ਜੀ ਗੱਲ ਨਹੀਂ ਹਾਂਜੀ ਥਣ ਥਨੌਟ ਚੰਗਾ ਲੱਗਿਆ ਥੋੜਾ ਬਹੁਤ ਜਿਵੇਂ ਆਪਾਂ ਗੱਲ ਕਰ ਲਈਏ ਵੀ ਭਲਾ ਕਰਕੇ ਜਾਨਵਰ ਮਾਰਦਾ ਦੁੱਖ ਜਾਂਦਾ ਬਈ ਦੁੱਧ ਲਾਉਣਿਆ ਇਹ ਤਾਂ ਬਈ ਹਫਤੇ ਦੇ ਅੰਦਰ ਅੰਦਰ ਸਾਰੀਆਂ ਉੜ ਜਾਣੀਆਂ ਜਿਵੇਂ ਚਵਾਈ ਜੀ ਲੱਗੀ ਜਾਣੀਆਂ ਹਾਂਜੀ ਲੇਵਾ ਖਾਲੀ ਹੋਈ ਉਹ ਸਾਰੀਆਂ ਭਲਾ ਉੜ ਜਾਂਦੀਆਂ ਉਹ ਹਿਸਾਬ ਨਾਲ ਹੌਲੀ ਹੌਲੀ ਮਤਲਬ ਪਹਿਲੇ ਦੂਜੇ ਸੂਏ ਯਾਰ ਜੇ ਕਰ ਜਾਂਦਾ ਪਸ਼ੂ ਭਲਾ ਕਰ ਜਾਂਦਾ ਨਾ ਕਰ ਜਾਂਦਾ ਬਈ ਕਰ ਜਾਂਦਾ ਹਾਂ ਇਹਦਾ ਆਪ ਕਿੰਨਾ ਕੁ ਭਾ ਕਰਾਂਗੇ ਇਹਦਾ ਬਈ ਫੋਨ ਤੇ ਕਰ ਲਾਂਗੇ ਬਾ ਇਹਦਾ ਫੋਨ ਤੇ ਬਾਲਾ ਤਾਂ ਨਹੀਂ ਕਰਦੇ ਨਹੀਂ ਬਾਲਾ ਨਹੀਂ ਕਰਦੇ ਹੈਗੇ ਫੋਨ ਤੇ ਕਰ ਲਾਂਗੇ ਕੀ ਕਰਾਂਗੇ ਬਾਈ ਕਹਿੰਦਾ ਜਿੰਨੇ ਰੁਪਏ ਉੜਦੇ ਤੇ ਇਹਦੇ ਨਾਲ ਆਪ ਅੱਛੀ ਦਵਾਵਾਂਗੇ ਤੁਹਾਨੂੰ ਫ੍ਰੀ ਜਿਹੜੀ ਮੈਂ ਕਹਿੰਦਾ ਸੀ ਇਹ ਵੀ ਜਿਹੜੀ ਤੌਰ ਦੇ ਖੋਲ ਕੇ ਹੈਗੀ ਤਾਂ ਵਧੀਆ ਸੀ ਮੰਦੇ ਬਟ ਆਪਾਂ ਨੂੰ ਐਗਜ਼ੈਕਟ ਨਹੀਂ ਪਤਾ ਕਿਹੜੇ ਦੀ ਇਹ ਅੱਛਾ ਉਦਾਂ ਵੀ ਨਾਮ ਨਹੀਂ ਪਤਾ ਕਿਹੜੇ ਸੀ ਨਾਮ ਨਹੀਂ ਪਤਾ ਹੈਗੇ ਵਧੀਆ ਕੰਪਨੀ ਦੀ ਆ ਬੇਰਕਾ ਦੀ ਆ ਸ਼ਾਇਦ ਕਿਸੇ ਦੀ ਕੰਪਨੀ ਬਾਈ ਕਹਿੰਦਾ ਇਹਦੀ ਵੀ ਚੰਗੀ ਆ ਜਿਵੇਂ ਕਾਰਾਂ ਦੀ ਕੰਪਨੀ ਕੰਪਨੀਆਂ ਨਹੀਂ ਹੁੰਦੀਆਂ ਇਹ ਵੀ ਇੱਕ ਸੀਮਨ ਵਾਲੀ ਕੰਪਨੀਆਂ ਨੇ ਬਾਈ ਸੀਮਨ ਵਾਲੀ ਜਿਹੜੀ ਕੰਪਨੀਆਂ ਨੇ ਤੇ ਗੱਲ ਕਰ ਲਈਏ ਏਵੀਐਸ ਆ ਗਈ ਡੈਨਮਾਰਕ ਵਾਲਿਆਂ ਦੀ ਆ ਗਈ ਹੈ ਨਾ ਹਾਂ ਧਰ ਦੇ ਰੱਸਾ ਇਹਦੇ ਉੱਤੇ ਡੇਰਾ ਦੇ ਗੇੜੇ ਨੂੰ ਧਰ ਦੇ ਰੱਸਾ ਉੱਤੀ ਛੱਡ ਦੇ ਹੋਰ ਹੋਰ ਇਹਦੀ ਉਮਰ ਕਿੰਨੀ ਕੁ ਹੋਊਗਾ ਨਾ ਇਹਦੀ ਉਮਰ ਹੈਗੀ ਆ ਬਾਈ 8-9 ਮਹੀਨੇ ਬਸ ਇਹ ਰਲ ਜੂਗੀ 2-4 ਮਹੀਨਿਆਂ 'ਚ ਹਾਂ 2-4 ਮਹੀਨਿਆਂ 'ਚ ਜੇ ਕੋਈ ਸੱਜਣ ਇਹਦੀ ਵਧੀਆ ਕੇਅਰ ਕਰੂਗਾ ਹਨਾ ਹਾਂ ਤੇ ਮੇਨ ਗੱਲ ਆ ਐਕਟਿਵ ਵੀ ਚੰਗੀ ਆ ਕੋਈ ਲੱਸੀ ਲੁੱਸੀ ਨਹੀਂ ਤੇ ਗੱਲ ਕਰ ਲਈਏ ਜੇ ਪੂਰੀ ਉਹ ਇੱਧਰ ਨਾ ਵੜ ਜਾ ਕੇ ਇਹ ਮੋੜ ਲੈ ਇਹਨੂੰ ਲੈ ਚੱਲ ਇਹਨੂੰ ਦਵਾ ਦੇ ਕਿਹੜਾ ਦਾ ਇਹ ਸੱਜਣਾ ਜੇ ਆਪਾਂ ਗੱਲ ਕਰ ਲਈਏ ਕਾਲੀ ਵੱਛੀ ਨਾਲ ਤੁਹਾਨੂੰ ਬਾਈ ਵੱਲੋਂ ਇੱਕ ਗਿਫਟ ਤੇ ਦਵਾਵਾਂਗੇ ਕਿਉਂਕਿ ਉਹਦੇ ਮਗਰ ਮੇਲਕਾਫ ਆ ਗਿਆ ਯਾਰ ਉਹ ਤੋਂ ਉਮੀਦ ਬੜੀ ਸੀ ਆਪਾਂ ਨੂੰ ਵੀ ਉਹਦੇ ਸੀਮਨ ਬੜਾ ਚੰਗਾ ਲੱਗਿਆ ਸੀ ਵੀ ਯਾਰ ਵੱਛੀ ਪਾਊਗੀ ਚੰਗੀ ਹਾਂਜੀ ਤੇ ਬਾਈ ਕਹਿੰਦਾ ਯਾਰ ਆਪਾਂ ਨਾਰਾਜ਼ ਨਹੀਂ ਕਰਦੇ ਕਿਸੇ ਸੱਜਣ ਨੂੰ ਉਹਨਾਂ ਨੂੰ ਆਪਾਂ ਹੱਪਲੀ ਪੜਾਈ ਵੱਛੀ ਉਹਦੇ ਨਾਲ ਹੀ ਦੇ ਦਾਂਗੇ ਰੇਟ ਵੀ ਸੱਜਣੋ ਵਾਜਬੀ ਹੋਊਗਾ ਲੈ ਚੱਲ ਖਾਨ ਅੰਦਰ ਨੂੰ ਉਹ ਬਸ ਬਲੈਕ ਨਾਲ ਇਹ ਮਿਲੂਗੀ ਤੇ ਜਿਹੜੀ ਪ੍ਰਿੰਟ ਵਾਲੀ ਹੈ ਉਹਦੇ ਮਗਰ ਵੱਛੀ ਹੈਗੀ ਉਹ ਲੰਬਾਈ ਲੰਬੂਈ ਤਾਂ ਬਹੁਤ ਹੈ ਜੀ 2 ਮਹੀਨਿਆਂ 'ਚ ਤਿਆਰ ਹੋਣ ਵਾਲੀ ਆਰਾਮ ਨਾਲ ਜੀ ਆਰਾਮ ਨਾਲ ਮਹੀਨੇ 2 ਮਹੀਨਿਆਂ 'ਚ ਤਿਆਰ ਹੋਣ ਵਾਲੀ ਹੈ ਤੇ ਮੇਨ ਗੱਲ ਆ ਥੱਲਿਓਂ ਝੋਲੀ ਝੂਲੀ ਚੰਗੀ ਬਣਾਊਗੀ ਪੂਰੀ ਵਧੀਆ ਜੀ ਹਾਂ ਝੋਲੀ ਝੂਲੀ ਚੰਗੀ ਬਣਾਊ ਇਹੀ ਜੀ ਗੱਲ ਨਹੀਂ ਤੇ ਥਣ ਵੀ ਚਾਰੇ ਨੇ ਹਨਾ ਥਣ ਵੀ ਚਾਰ ਨੇ ਕੋਈ ਫੋਟ ਨਹੀਂ ਹੈਗੀ ਛਾਂਗਨੀ ਨਾਲ ਹਾਂ ਤੇ ਪ੍ਰਿੰਟ ਪਰੋਂਟੇ ਦਾ ਵੀ ਚੰਗਾ ਹਨਾ ਪ੍ਰਿੰਟੇ ਦਾ ਵੀ ਚੰਗਾ ਬਾਈ ਹਾਂ ਪ੍ਰਿੰਟ ਪਰੋਂਟ ਚੰਗਾ ਤੇ ਕੰਨ ਕੁੰਨ ਛੋਟਾ ਫੇਸ ਕੁਆਲਿਟੀ ਚੰਗੀ ਆ ਇਹਨੂੰ ਕਿਹੜਾ ਹੋਰ ਤੋਰ ਦੇ ਯਾਰਾ ਇਹਨੂੰ ਕਿਹੜਾ ਹੋਰ ਤੋਰ ਦੇ ਬਾਈ ਨੰਬਰ ਬੋਲ ਦਿਓ ਨਾਲ ਆਪਣਾ ਨੰਬਰ ਬਾਈ 9872503014 9872503014 ਨਾਲ ਇਹਦੇ ਬੱਚੀ ਵਾਲਾ ਬੱਚੀ ਤੁਹਾਨੂੰ ਸੱਜਣੋ ਆਪਾਂ ਇੱਕ ਵਾਰੀ ਹੋਰ ਦਿਖਾ ਦੇਣਾ ਤੋਰ ਕੇ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਕਿਉਂਕਿ ਇਹਨੇ ਵੀ ਜੇ ਗੱਲ ਕਰ ਲਈਏ ਪਹਿਲਣ ਦੇ ਹਿਸਾਬ ਨਾਲ ਥਣ ਥਨੌਟ ਵੀ ਐਨ ਟੌਪ ਕੁਆਲਿਟੀ ਦਾ ਕੱਢਿਆ ਤੇ ਆਰਡਰ ਦਾ ਯਾਰ ਇਹਦਾ ਵਾ ਕਮਾਲ ਆ ਜਿਵੇਂ ਤੋਰਾ ਤੂਰਾ ਦੇਖ ਸਕਦੇ ਹੋ ਇਹਦਾ ਤੋਰਾ ਤੂਰਾ ਭਲਵਾਨਾਂ ਵਾਲਾ ਸਿਸਟਮ ਆ ਕਿਉਂਕਿ ਹਲੇ ਜਿਵੇਂ ਬਾਈ ਨੇ ਦੱਸਿਆ ਵੀ ਹੋਰ ਵੀ ਹਜੇ ਇਹ ਫਸੂਗੀ ਜਿਵੇਂ ਜਿਵੇਂ ਦੁੱਧ ਤੇ ਤਿਆਰ ਹੁੰਦੀ ਜਾਊਗੀ ਹਾਂ ਬਾਈ ਹਜੇ ਤੁਹਾਨੂੰ ਪਤਾ ਤਾਜ਼ਾ ਸੂਆ ਡੰਗਰ ਪੱਠਾ ਚਾਰਾ ਨਹੀਂ ਸਮਾਰ ਕੇ ਚੱਕਦਾ ਹਾਂ ਤੇ ਮੇਨ ਗੱਲ ਆ ਜਿਹੜੀ ਕੱਦ ਵਿੱਢ ਵਾਲੀ ਆ ਹਨਾ ਹਾਂਜੀ ਹਾਂ ਕੱਦ ਕਾਠ ਫੁੱਲ ਆ ਮੇਨ ਗੱਲ ਆ ਜਿਹੜੀ ਕੱਦ ਕਾਠ ਵਾਲੀ ਆ
ਤੇ ਹੈਗੀ ਵੀ ਚੰਗੀ ਆ, ਥਣ ਥਨੌੜ ਤੋਂ ਲਾ ਕੇ ਬਾਡੀ ਤੋਂ ਲਾ ਕੇ ਕਿਸੇ ਵੀ ਪੱਖ ਤੋਂ ਯਾਰ ਮਾਰ ਨਹੀਂ ਖਾਂਦੀ ਇਹ ਗੱਲ ਕਰ ਲਈਏ। ਤੇ ਨਸਾਂ ਨੂੰ ਸਾਂ ਵੀ ਬਹੁਤ ਨੇ ਇਹਦੇ ਆਰਡਰ ਤੇ, ਇਧਰਲੇ ਪੰਨੇ ਦਿਖਾ ਦੇ ਸਰ ਸੋਚ। ਹਾਂ ਨਸਾਂ ਨੂੰ ਸਾਂ ਵੀ ਬਹੁਤ ਨੇ ਇਹਦੇ ਆਰਡਰ ਤੇ ਜੇ ਗੱਲ ਕਰ ਲਈਏ, ਤੇ ਆਰਡਰ ਹੈਗਾ ਵੀ ਫਿਕਸ ਆ, ਹਨਾ ਫਿਕਸ ਆਡਰਾ ਬਾਈ, ਪੂਰਾ ਫਿਕਸ ਆਡਰਾ ਵੀ, ਪੂਰੀ ਵਧੀਆ ਠੰਡੀ ਸੀਲ ਆ, ਕੋਈ ਚੱਕਰ ਨਹੀਂ ਲੈ। ਹਾਂ ਲੈ ਇਧਰੋਂ ਲੈ ਵਾਲੂ ਆ, ਦਿਖਾ ਦੇ ਗਿਰਾਂ ਸਰ ਸੋਚ। ਹਾਂ ਲੈ ਵਾਲੂ ਆ, ਇਧਰੋਂ ਇੱਕ ਵਾਰੀ ਹੋਰ ਦਿਖਾ ਦੇ, ਕਰਾ ਦੇ ਹਰੇਕ ਪੱਖ ਤੋਂ ਤਸੱਲੀ। ਇਹ ਕਿੰਨਾ ਰੇਟ ਦੱਸਿਆ ਜੀ ਇਹਦਾ? ਇਹਦਾ 75,000 ਮੁੱਲ ਕਰਦੇ ਬਾਈ, 73 ਦੀ ਫਿਕਸ, 73 ਦੀ ਫਿਕਸ ਆਪਾਂ ਦੇ ਦਾਂਗੇ, ਮਾਨਤਾਨ ਕਰ ਦਾਂਗੇ, ਮਾਨਤਾਨ ਕਰ ਦਾਂਗੇ ਬਾਈ ਨੂੰ, ਮੋੜ ਦੇ ਨਹੀਂ ਘਰੇ ਇਹਨੂੰ। ਤੇ ਆਹ ਬਲੈਕ ਬੱਚੀ ਨਾਲ ਮਿਲੂਗੀ ਤੁਹਾਨੂੰ, ਜਿਹੜੀ ਸਾਹਮਣੇ ਬੱਚੀ ਦਿਖਾਈ ਆ ਉਹ ਮਿਲੂਗੀ ਨਗੀਨਾ, ਇੱਕ ਨਾਲ ਇੱਕ ਫ੍ਰੀ ਵਾਲਾ ਸਿਸਟਮ ਹੀ ਲਾਤਾ ਅੱਜ ਬਾਈ ਨੇ। ਤੇ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਚੱਲੂਗਾ, ਜਿਹੜੇ ਵੀ ਸੱਜਣ ਨੂੰ ਇਹਨਾਂ ਦੋਹਾਂ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ, ਨੇੜੇ ਆ ਕੇ ਤਸੱਲੀ ਕਰਕੇ ਬਾਈ ਉਸ ਤੋਂ ਖਾਨ ਤੋਂ ਲੈ ਜਿਓ। ਧੰਨਵਾਦ ਜੀ।